ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਸੋਈਆਂ ਕਲਾਂ, ਤਹਿਸੀਲ ਮਜੀਠਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਜੋਲੀ ਡੇਅਰੀ ਫਾਰਮ 'ਤੇ ਆਪਾਂ ਪਹੁੰਚੇ ਹਾਂ। ਅਤੇ ਅੱਜ ਤੁਹਾਨੂੰ ਸੋਈਆਂ ਵੈੜਾਂ ਦਿਖਾਉਣੀਆਂ ਵਾ, ਜਿਹੜੀਆਂ ਦੁੱਧ ਦੇ ਤਿਆਰ ਤੁਹਾਨੂੰ ਦਿਖਾਉਣੀਆਂ। ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਸੀ ਕਿ ਦੁੱਧ ਦੇ ਤਿਆਰ ਵਾਲੀਆਂ ਵੈੜਾਂ ਜਿਹੜੀਆਂ ਦਿਖਾਉਣ, ਜ਼ਿਆਦਾਤਰ ਅੱਗੇ ਗੱਭਣਾ ਵੈੜਾਂ ਪਾਈ ਦੀਆਂ ਸੀ। ਅੱਜ ਤੁਹਾਨੂੰ ਸੂਈਆਂ ਵੈੜਾਂ ਦੁੱਧ ਤਿਆਰ, ਜਿੰਨਾ ਕੋਈ 40 ਲੀਟਰ, 42 ਲੀਟਰ, 50 ਲੀਟਰ ਤਿਆਰ ਵਾਲੀਆਂ ਤੁਹਾਨੂੰ ਦਿਖਾਵਾਂਗੇ। ਅਤੇ ਫੋਰ ਸੇਲ ਆ, ਵਿਕਾਊ ਆ ਗਾਵਾਂ ਜਿਹੜੀਆਂ ਸਾਰੀਆਂ ਹੀ। ਅਤੇ ਗੱਲਬਾਤ ਹੁਣ ਆਪਾਂ ਜੋਲੀ ਭਾਅ ਜੀ ਹੁਣਾਂ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਵੀਡੀਓ ਪੂਰੀ ਜ਼ਰੂਰ ਵੇਖਿਓ, ਜਿਹੜੇ ਕਿਸੇ ਵੀਰ ਨੇ ਗਾਵਾਂ ਨਹੀਂ ਵੀ ਲੈਣੀਆਂ ਹੁੰਦੀਆਂ, ਉਹ ਵੀ ਕੋਈ ਵੀਰ ਵੀਡੀਓ ਪੂਰੀ ਜ਼ਰੂਰ ਵੇਖੇ, ਕਿਉਂਕਿ ਜਾਣਕਾਰੀ ਦੀਆਂ ਗੱਲਾਂ ਜਿਹੜੀਆਂ ਕਾਫੀ ਵਿੱਚ ਆਪਾਂ ਕਰਾਂਗੇ, ਨੌਲੇਜ ਪੱਖੋਂ ਵੀ ਕੁਛ ਗੱਲਾਂ ਕਰਾਂਗੇ। ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਅਤੇ ਵੀਡੀਓ ਜਿਹੜੀ ਸ਼ੁਰੂ ਕਰਦੇ ਹਾਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਸਭ ਵਧੀਆ ਜੀ। ਬੜੇ ਦਿਨ ਪਾਤੇ ਜੀ ਯਾਰ ਕੀ? ਹਾਂਜੀ ਹਾਂਜੀ, ਐਕਚੁਅਲੀ ਇੱਕ ਤੇ ਕੀ ਹੋਇਆ ਕਿ ਆਪਣਾ ਆਈਡੀਡੀਐਸ ਸਕੀਮ ਕਰਕੇ ਜੰਮੂ ਕਸ਼ਮੀਰ ਦੇ ਗ੍ਰਾਹਕ ਬੜੇ ਸੀਗੇ, ਠੀਕ ਆ, ਕੁਛ ਆਪਾਂ ਉੱਥੇ ਬਿਜ਼ੀ ਸੀਗੇ। ਹਾਂਜੀ, ਤੇ ਕੁਛ ਗਾਈਆਂ ਨੂੰ ਮੈਨੂੰ ਨਾ ਲਿਆਏ, ਕੀ ਹੋਇਆ ਕਿ ਲਗਭਗ ਮੈਂ ਲੈ ਕੇ ਆਇਆ ਸੀਗਾ 14-15 ਤਰੀਕ ਦਾ ਲੋਹੜੀ ਲੱਗੇ, ਠੀਕ ਆ। ਤੇ ਕੀ ਹੋਇਆ ਕਿ ਐਤਕੀ ਆਪਣਾ ਦਿਲ ਸੀਗਾ ਕਿ ਆਪਾਂ ਪੂਰੇ ਹੁਣ ਇਹਨਾਂ ਨੂੰ ਨਾ ਪ੍ਰੋਪਰ ਸੈੱਟ ਕਰਕੇ ਤੇ ਪੀਕ ਤੇ ਲਿਆ ਕੇ ਦੁੱਧ, ਫਿਰ ਦੁੱਧ ਦੀ ਮਿਲਕਿੰਗ ਵੀ ਕਰਾਈਏ। ਅੱਛਾ, ਕੀ ਹੁੰਦਾ ਹੈ ਕਿ ਕੋਈ ਵੀ ਗਾਂ, ਮੰਨ ਲਓ ਕਿ ਆਪਾਂ ਲੋਕਲ ਫਾਰਮ ਤੋਂ ਇੱਧਰ ਉੱਧਰ ਲੈ ਕੇ ਆਈ ਦੀ ਹੈ ਨਾ, ਹਾਂਜੀ, ਤੇ ਉਹਨੂੰ ਵੀ ਦੂਜੇ ਘਰ 'ਚ ਸੈੱਟ ਹੋਣ ਵਾਸਤੇ ਘੱਟ ਵੱਧ 10 ਦਿਨ ਲੱਗਦੇ ਆ। ਹਾਂਜੀ, ਫਿਰ ਜੇ ਮੰਨ ਲਓ ਆਪਣੀ ਗੁਜਰਾਤ ਜਾਂਦੀ ਹੈ ਤੇ ਉਹਨੂੰ ਸੈੱਟ ਹੋਣ ਵਾਸਤੇ 15-20 ਦਿਨ ਲੱਗਦੇ ਆ, ਠੀਕ। ਮਹਾਰਾਸ਼ਟਰ ਜਾਂਦੀ ਹੈ ਤੇ ਉਹਨੂੰ 1.5-1.5 ਮਹੀਨਾ ਲੱਗਦਾ ਸੈੱਟ ਹੋਣ 'ਚ, ਠੀਕ ਆ। ਤੇ ਇਸੇ ਕਰਕੇ ਫੀਡ ਚੇਂਜ ਹੋਈ, ਸਾਇਲੇਜ ਜਿਹੜਾ ਅਚਾਰ ਹੁੰਦਾ ਉਹ ਸਾਰਾ ਕੁਝ ਚੇਂਜ ਹੋਇਆ, ਮਾਹੌਲ ਚੇਂਜ ਹੋਇਆ, ਉੱਥੇ ਖੁੱਲੀਆਂ ਹੁੰਦੀਆਂ ਸੀ, ਇੱਥੇ ਲਿਆ ਕੇ ਬੰਨਤੀਆਂ ਪਈਆਂ, ਉਹ ਸਾਰੀਆਂ ਚੀਜ਼ਾਂ ਮਤਲਬ ਇਹਨਾਂ ਨੂੰ ਐਕਸੈਪਟ ਕਰਨ ਵਾਸਤੇ ਨਾ 10-12 ਦਿਨ ਲੱਗ ਹੀ ਜਾਂਦੇ ਆ, ਠੀਕ ਹੈ। ਹੁਣ ਆਪਣੇ ਘਰ ਪੂਰੀਆਂ ਸੈੱਟ ਹੋ ਗਈਆਂ ਆ। ਕਿੰਨਾ ਕਿੰਨਾ ਦੁੱਧ ਤਿਆਰ ਹੈ ਹੁਣ? ਬ੍ਰਦਰ ਕੇ ਦੇ ਥੱਲੇ 42 ਕਿਲੋ ਦੁੱਧ ਤਿਆਰ ਹੈ, ਅੱਛਾ, ਇਹਦੇ ਥੱਲੇ ਵੀ 42 ਕਿਲੋ ਦੁੱਧ ਤਿਆਰ ਹੈ, 48 ਕਿਲੋ ਦੁੱਧ ਤਿਆਰ ਹੈ, 38-40, ਅੱਛਾ, ਮਤਲਬ ਕਿ ਕੋਈ ਵੀ ਗਾਂ ਹੈਗੀ ਐਟ ਪ੍ਰੈਜੈਂਟ ਆਪਣੇ 35 ਕਿਲੋ ਦੇ ਉੱਤੇ ਤਿਆਰ, ਤਿਆਰ ਹਾਜ਼ਰ ਨਾਜ਼ਰ, ਜਿਹੜਾ ਟਾਈਮ 4 ਟਾਈਮ ਚੁਆਈ ਕਰਕੇ ਲੈ ਕੇ ਜਾਵੇ। ਹੁਣ ਰੀਸੈਂਟਲੀ ਮੈਂ ਆਪਣੀ ਲਾਈਵ ਮਿਲਕਿੰਗ ਕਰਾਈ ਸੀ ਆਪਣੇ ਚੈਨਲ ਤੇ, ਤੇ ਉਹਨਾਂ ਨੇ ਵੇਖ ਕੇ ਤੇ 1-2 ਗਾਈਆਂ ਤੇ ਉਸੇ ਟਾਈਮ ਆਪਣੀ ਸੇਲ ਹੋ ਗਈ, ਠੀਕ ਹੈ। ਤੇ ਜਾਣੀਆਂ ਤੇ ਅੱਜ ਸਵੇਰੇ ਸੀਗੀ, ਪਰ ਆਪਣਾ ਕੱਲ ਦਾ ਟਾਈਮ ਸੈਟਅਪ ਹੋਇਆ ਸੀਗਾ ਤੇ ਆਪਾਂ ਹੁਣ ਇਹਨਾਂ ਨੂੰ ਕੱਲ ਭੇਜਾਂਗੇ, ਠੀਕ ਹੈ। ਬਾਕੀ ਜਿਹੜੀ ਆਪਣੀ ਫੋਰ ਸੇਲ ਆ ਉਹ ਸਾਰੀ ਡਿਟੇਲ ਦੇ ਨਾਲ ਆਪਾਂ ਦੱਸਾਂਗੇ, ਠੀਕ ਹੈ। ਫਿਰ ਬ੍ਰਦਰ ਇੱਕ ਗੱਲ ਹੋਰ ਹੈ, ਹਾਂਜੀ, ਕਿ ਆ ਵੀਡੀਓ ਜਿਹੜਾ ਲਾਸਟ ਕਰ ਵੇਖੂਗਾ ਨਾ ਤੇ ਚੰਗਾ ਰਹੂਗਾ, ਉਹਦਾ ਰੀਜ਼ਨ ਇਹ ਹੈਗਾ, ਠੀਕ, ਕਿ ਆ ਸਾਰੀਆਂ ਗਾਈਆਂ, ਹਾਂਜੀ, ਇੱਕੋ ਗਾਂ ਦੀ ਹੈ। ਅੱਛਾ, ਤੇ ਇੱਕੋ ਗਾਂ ਨਾਲ ਪੂਰਾ ਪਰਿਵਾਰ ਬਣਿਆ ਸੀਗਾ। ਅੱਛਾ, ਇੱਕੋ ਫਾਰਮ ਤੋਂ ਮੈਂ ਗਾਈਆਂ ਲੈ ਕੇ ਆਇਆ, ਸਿਰਫ 2 ਗਾਵਾਂ ਨੂੰ ਛੱਡ ਕੇ, ਠੀਕ ਆ। ਤੇ ਇਹਨਾਂ ਦੀ ਮਾਵਾਂ ਵੀ ਮੈਂ ਦੱਸਦਾ, ਸਾਰਾ ਟੋਟਲ ਰਿਕਾਰਡ ਇਹਨਾਂ ਦੀ ਮਾਂ, ਚੌਥੇ ਸੂਏ ਮੇਰੇ ਕੋਲ ਹੈ। ਅੱਛਾ, ਤੇ ਉਹਨੇ ਚੌਥੇ ਸੂਏ ਸੁਣਾ, ਠੀਕ ਆ, ਉਹ ਵੀ 60 ਕਿਲੋ ਵਾਲੀ ਹੈਗੀ ਹੈ। ਅੱਛਾ, ਤੇ 7 ਮਾਰਚ ਨੂੰ ਸੁਣਦੀ ਹੈ, ਠੀਕ, ਟਰਮੀਨੇਟਰ ਦੇ ਸੀਮਨ ਦੀ ਤੇ ਐਵਰੈਸਟ ਦਾ ਸੀਮਨ ਲੱਗਾ, ਠੀਕ ਆ। ਤੇ ਉਹ ਕਰਮਾ ਭਾਗਾ ਵਾਲੀ ਇੰਨੀ ਸੀ ਕਿ ਇੱਕੋ ਗਾਂ ਹੈ, ਸਿੰਗਲ ਗਾਂ ਹੈ, ਮਤਲਬ ਆ ਪੂਰਾ ਸਮਝ ਲਓ ਕਿ ਇੱਕ ਅੰਬ ਦਾ ਬੂਟਾ ਲਾਇਆ ਤੇ ਉਹਨੇ ਵੱਖਰੇ ਵੱਖਰੇ ਫਲ ਦੇ ਦਿੱਤੇ, ਠੀਕ ਆ ਜੀ, ਹਾਂਜੀ, ਠੀਕ। ਤੇ ਚਲੋ ਨਾਮ ਦੱਸ ਦਈਏ ਕਰੀ ਆਪਣਾ।
ਮੇਰਾ ਅੰਕੁਸ਼ ਜੋਲੀ ਨਾਮ ਹੈ ਆਪਣਾ, ਜੋਲੀ ਡੇਰੀ ਫਾਰਮ ਹੈ ਠੀਕ ਹੈ, ਚੂੜੀਆ ਰੋਡ ਤੇ ਸੋਹੀਆ ਗਣਾ ਰੋਡ ਦੇ ਉੱਤੇ ਮੇਰਾ ਰਿਜ਼ੋਰਟ ਹੈ ਜੋਲੀ ਰਿਜ਼ੋਰਟ, ਜੋਲੀ ਰਿਜ਼ੋਰਟ ਦੇ ਨਾਲ ਹੀ 9152580000 ਠੀਕ ਹੈ ਨੰਬਰ ਹੈ। ਤੇ ਅੱਜ ਮਿਲਕਿੰਗ ਵੀ ਕਰਾਵਾਂਗੇ ਫਿਰ, ਮਿਲਕਿੰਗ ਕਰਾਵਾਂਗੇ। ਤੇ ਬ੍ਰਦਰ ਆਪਣਾ ਜਿਹੜਾ ਰੇਟ ਹੈ ਸਾਰਿਆਂ ਨੂੰ ਪਤਾ ਹੁੰਦਾ ਕਿ ਸਾਡਾ ਰੇਟ ਜਿਹੜਾ ਕਿ ਮੇਰਾ ਬਲੱਡ ਲਾਈਨ ਦੇ ਉੱਤੇ ਕੰਮ ਹੈਗਾ। ਹਾਂਜੀ ਹਾਂਜੀ। ਤੇ ਰੇਟ ਸਾਰੇ ਦੱਸਾਂਗੇ ਤੇ ਜਿਹੜਾ ਜੈਨੂਅਨ ਬੰਦਾ ਹੋਏ ਲੈਣ ਦਾ ਇੱਛੁਕ ਉਹੀ ਉਹ ਕਾਲ ਕਰੇ, ਅਦਰਵਾਈਜ਼ ਪਿਛਲੇ ਸਾਲ ਵੀ ਉਹਨਾਂ ਵਾਸਤੇ ਮਹਿੰਗੀ, ਜੇ 70,000 ਦੀ ਗਾਂ ਸੀ ਤਾਂ ਵੀ ਉਹਨਾਂ ਵਾਸਤੇ 70,000 ਦੀ ਮਹਿੰਗੀ, ਹਾਂਜੀ ਜੇ 2,50,000 ਦੀ ਗਾਂ ਹੋਈ ਤਾਂ ਵੀ ਉਹਨਾਂ ਵਾਸਤੇ ਮਹਿੰਗੀ, ਜੇ ਅੱਜ 2,25,000-2,25,000 ਦੀ ਹੋਗੀ ਤਾਂ ਵੀ ਉਹ ਉਹਨਾਂ ਵਾਸਤੇ ਮਹਿੰਗੀ ਹੈ। ਠੀਕ ਹੈ, ਜਦੋਂ ਤੱਕ ਕਿਸੇ ਨੇ ਸ਼ੁਰੂਆਤ ਨਹੀਂ ਨਾ ਕਰਨੀ ਉਹਨਾਂ ਵਾਸਤੇ ਚੀਜ਼ ਉਹ ਔਖੀ ਹੈਗੀ। ਆਪਣਾ ਇਹ ਹੈ ਕਿ ਅੱਜ ਕੁਆਂਟੀਟੀ ਤੇ ਨਹੀਂ ਧਿਆਨ ਹੈ, ਕੁਆਲਿਟੀ ਵਾਲੇ ਧਿਆਨ ਹੈ, ਕੁਆਲਿਟੀ ਦੇ ਉੱਤੇ ਧਿਆਨ ਹੈ। ਠੀਕ ਹੈ, ਚਲੋ ਆਪਾਂ ਮਿਲਕਿੰਗ ਵਾਲੀ ਜਿਹੜੀ ਤੁਹਾਨੂੰ ਦੂਸਰੀ ਵੀਡੀਓ 'ਚ ਦਿਖਾਵਾਂਗੇ, ਪਹਿਲਾਂ ਇਹ 'ਚ ਸਾਰੀਆਂ ਇੱਕ ਵਾਰੀ ਤੁਹਾਨੂੰ ਇਸ ਤਰ੍ਹਾਂ ਤੋਰ ਕੇ ਦਿਖਾਵਾਂਗੇ, ਫਿਰ ਮਿਲਕਿੰਗ ਵੀ ਤੁਹਾਨੂੰ ਕਰਾ ਕੇ ਦਿਖਾਉਣੀ, ਤੋਰ ਕੇ ਆਪਾਂ ਇੱਕ ਦੋ ਵਿਖਾਵਾਂਗੇ ਕਿਉਂਕਿ ਮੀਂਹ ਪਿਆ। ਹਾਂਜੀ, ਤਿਲਕਣ ਹੈਗੀ। ਠੀਕ ਹੈ, ਇਹ ਕੀ ਇਹ ਵਿੱਚ ਗਲੀਆਂ ਜਿਹੜੀਆਂ ਹੈਗੀਆਂ ਸੀਗੀਆਂ ਪੱਕੀ ਥਾਂ ਤੇ ਹੋਈ ਭੱਜ ਦੀਆਂ, ਕੁਛ ਚੱਬੂ ਚੁੱਬੂ ਦਾ, ਮਤਲਬ ਕਿ ਉਹਨਾਂ ਨੂੰ ਕਦੀ ਖੁੱਲਾ ਛੱਡਿਆ ਨਹੀਂ। ਠੀਕ ਹੈ, ਛੋਟੇ ਜਿਹੇ ਘਰ ਦੇ ਵਿੱਚ ਮਤਲਬ ਕਿ ਸਾਰੀਆਂ ਗਾਈਆਂ ਇੱਕੋ ਫਾਰਮ ਤੋਂ ਆਈਆਂ, ਠੀਕ ਤੇ ਤਾਂ ਕਰਕੇ ਮਤਲਬ ਤਿਲਕਣ ਦਾ ਡਰ ਹੈਗਾ। ਠੀਕ ਹੈ, 2-4 ਗਾਈਆਂ ਆਪਾਂ ਖੋਲ ਕੇ ਵਿਖਾਵਾਂਗੇ। ਚਲੋ ਪਹਿਲੇ ਨੰਬਰ ਤੇ ਹੀ ਹੈ ਜਿਹੜੀ, ਜਿਵੇਂ ਭਾਜੀ ਸਾਰਿਆਂ ਨੂੰ ਪਤਾ ਕਿ ਆਪਾਂ ਉਦੋਂ ਵੀ ਕਿਹਾ ਸੀਗਾ ਆਪਾਂ ਗਾਂ ਵੇਚਣੀ ਨਹੀਂ। ਹਾਂਜੀ, ਮਿਲਕਿੰਗ ਕਰਾ ਕੇ ਵੇਚਾਂਗੇ। ਠੀਕ ਹੈ, ਆਪਣੇ ਪੀਕ ਲੈਵਲ ਤੇ ਆਏਗੀ। ਠੀਕ ਹੈ, ਇਹ ਸਾਰਿਆਂ ਨੂੰ ਪਤਾ CRI ਮੈਸੀ ਵੀ ਹੈਗੀ ਹੈ। ਠੀਕ ਹੈ, ਤੇ ਬੱਚੇ ਕਿਸੇ ਦੇ ਨਾਲ ਨਹੀਂ ਹੈਗੇ, ਸਿਰਫ 2 ਗਾਈਆਂ ਦੇ ਨਾਲ ਮੇਲ ਗਾਫ ਹੈ ਜਿਹੜੇ ਅਜੇ ਸੱਜਰ ਹੀ ਸੂਈ ਹੈ। ਠੀਕ ਹੈ, ਫਾਰਮ ਵਾਲਾ ਕਦੀ ਬੱਚੇ ਨਹੀਂ ਦਿੰਦਾ ਜੀ। ਠੀਕ ਹੈ, ਤੇ ਦੂਜੀ ਗੱਲ ਇਹ ਹੈਗੀ ਹੈ ਕਿ ਐਟ ਪ੍ਰੈਜੈਂਟ 42 ਕਿਲੋ ਦੁੱਧ ਹਜੇ ਨਾ ਜੇ ਤਿਆਰ ਹੈ, ਤਿਆਰ ਹੈ CRI ਮੈਸੀ ਦੀ ਹੈ, ਤੇ ਦੂਜਾ ਸੂਆ ਹੈਗਾ ਜੇ ਤੇ 22 ਦਸੰਬਰ ਦੀ ਸੂਈ। ਰਿਕਾਰਡ ਸਾਰੇ ਮਿਲ ਜੂਗੇ ਨਾ ਆਪਣੇ ਕੋਲ, ਰਿਕਾਰਡ ਹੈ ਜੀ ਕਿੰਨੀ ਤਰੀਕ ਦੀ ਸੂਈ ਆ, ਕੀ ਆ ਸਾਰਾ ਕੁਝ। ਇਹਦੀ ਡੇਟ ਆਫ ਬਰਥ ਜਿਹੜੀ ਹੈਗੀ 21 ਨਵੰਬਰ 2021 ਹੈਗੀ ਜੀ। ਅੱਛਾ, ਡੇਟ ਆਫ ਬਰਥ ਵੀ ਹੈਗੀ ਆ ਸਰ, 2019 ਤੇ ਇਹਨੂੰ ਤੋੜ ਕੇ ਵਿਖਾ ਦਈਏ ਕਰੀ ਆਪਾਂ, ਇਹ ਤੇ ਇੱਥੋਂ ਦੀ ਹੁਣ ਗਿੱਜੀ ਹੈ ਪੂਰੀ, ਆਹ ਦੇਖ ਸਕਦੇ ਹਵਾਨੇ ਦੇ ਨਾੜਾਂ ਜਿਹੜੀਆਂ ਵਾ, ਬਾ ਕਮਾਲ ਹੀ ਆ। ਅੱਜ ਸਾਨੂੰ ਬਹੁਤਾ ਬੋਲਣ ਦੀ ਲੋੜ ਨਹੀਂ ਆ, ਗਾਵਾਂ ਨੇ ਖੁਦ ਬੋਲਣਾ ਜਿਹੜੀਆਂ ਮੂੰਹ, ਕਿਉਂਕਿ ਹਾਥੀ ਹਾਥੀ ਵਰਗੀਆਂ ਗਾਵਾਂ ਵਾ ਜਿਹੜੀਆਂ, ਆਹ ਦੇਖ ਸਕਦੇ 42 ਲੀਟਰ ਮੌਕੇ ਦੇ ਦੁੱਧ ਜਿਹੜਾ ਇਹਦੇ ਕੋਲ ਤਿਆਰ ਆ, ਅਤੇ ਉੱਧਰ ਜਿਹੜਾ ਵੀਰ ਚਲਾਉਣ ਦਿਆ ਵਾ ਗਾਂ ਤੋਰਨ ਦਿਆ, ਉਹ ਵੀਰ ਨਹੀਂ ਵਿਕਦੇ ਆਪਾਂ ਨੂੰ, ਇਹ ਗਾਂ ਦੀ ਮਿਲਕਿੰਗ ਵੀ ਆਪਾਂ ਤੁਹਾਨੂੰ ਦਿਖਾਵਾਂਗੇ, ਆ ਜਾਓ ਲੈ ਆਓ ਜੀ। ਇਹ ਗਾਵਾਂ ਜਿਹੜੀਆਂ ਵਾ ਬਲੈਰੋ 'ਚ ਵੀ ਮਹਾਂ ਫਸ ਫਸ ਕੇ ਪੂਰੀਆਂ ਹੋਣੀਆਂ ਵਾ, ਇਹੋ ਜਿਹੀਆਂ ਗਾਵਾਂ ਵਾ ਜਿਹੜੀਆਂ ਇਹ ਬੜੇ ਕਮਾਲ ਦੀਆਂ ਜਿਹੜੀਆਂ ਵਾ। ਜਦੋਂ ਇੱਥੇ ਆਈਦਾ ਅਲੱਗ ਹੀ ਚੀਜ਼ ਦੇਖਣ ਨੂੰ ਮਿਲਦੀ ਹੈ ਹਰ ਵਾਰ। ਅੱਜ ਬ੍ਰਦਰ 12 ਦਿਨ ਹੋ ਗਏ ਇਹਦੀ ਵੈਕਸੀਨ ਟੋਟਲ ਹੋ ਗਈ ਹੈ। ਠੀਕ ਆ, ਗਾਂ ਇੱਕ ਹੀਟ ਚ ਆਈ ਅੱਜ ਉਹਦੇ ਕਰਕੇ ਥੋੜਾ ਜਿਹਾ ਦੇਈ, ਹਨਾ ਮਤਲਬ ਕਿ ਸਾਰੀ ਇਹਦੀ ਟੋਟਲੀ ਵੈਕਸੀਨ ਹੋਈ ਹੈ ਸਾਰਾ ਕੁਝ। ਠੀਕ ਹੈ ਜੀ, ਤੇ ਈਵਨ ਜਦੋਂ ਮਤਲਬ ਕਿ ਮੈਲੇ ਤੇ ਚਲਦੀ ਪਈ ਸੀ, ਹਾਂਜੀ 3 ਟਾਈਮ ਸਫਾਈ ਵੀ ਕਰਾਈ ਹੈ, ਪੂਰੀ ਜੇਰ ਸੁੱਟਣ ਦੀ ਵੀਡੀਓ ਸਾਰਾ ਕੁਝ ਹੈਗਾ ਹੈ। ਠੀਕ ਹੈ, ਤੇ ਜਿਹੜਾ ਦੇਣ ਦੀ ਗੱਲ ਹੈਗੀ ਹੈ ਆਪਾਂ ਐਵੇਂ ਮੁੱਲ ਮਾਲ ਕਰੀ ਜਾਈਏ 2.5 ਲੱਖ ਰੁਪਏ ਦੀ ਵੈਟ ਦੇ, 2.5 ਲੱਖ ਦੀ ਦੇ ਦੋਗੇ ਤੇ ਦੁੱਧ 42 ਕਿਲੋ ਹਾਜ਼ਰ ਨਾ ਜੇ ਤਿਆਰ ਜੇ, ਜਿੰਨੇ ਲੌਂਗ ਟਰਮ ਵਾਸਤੇ ਬਰੀਡਿੰਗ ਪਰਪਸ ਵਾਸਤੇ ਲੈ ਕੇ ਜਾਣੀ ਹੈ CRI ਮੈਸੀ ਦਾ ਬਹੁਤ ਵਧੀਆ
ਰਿਕਾਰਡ ਰਿਹਾ, ਠੀਕ ਹੈ, ਮਤਲਬ ਕਿ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਜਿੰਨੇ ਬਰੀਡਿੰਗ ਦੇ ਉੱਤੇ ਕੰਮ ਕਰਨਾ, ਇਹ ਉਹੀ ਜਿਨ੍ਹਾਂ ਨੇ ਬਰੀਡ ਤਿਆਰ ਕਰਨੀ ਆ ਉਹਨਾਂ ਵਜੇ ਨਾ ਆਪਣੇ ਸਾਲ ਬਚਾਉਣੇ ਆ। ਬਿਲਕੁਲ ਜੀ ਬਿਲਕੁਲ। ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਦੇਖੋ, ਪੈਸੇ ਦੇ ਕੇ ਗੈਪ ਆਪਾਂ ਜੇ ਉਹਦਾ 10 ਸਾਲ ਦਾ ਗੈਪ ਪੂਰਾ ਕਰ ਦਈਏ ਹੋਰ ਕੀ ਚਾਹੀਦਾ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਕਿ ਨਹੀਂ। ਤੇ ਆਹ ਤੇ ਕੱਦ ਤੇ ਦਾ ਉਹਦੇ ਤੋਂ ਵੀ ਉੱਚਾ ਜੀ, ਇੱਕ ਵਾਰੀ ਲੱਗ ਕੇ ਤੇ ਖਲੋਵੋ, ਜਿਹੜਾ ਇਹਨਾਂ ਦੋਵਾਂ ਗਾਵਾਂ ਦੇ ਵਿੱਚ ਖਲੋਵੋ, ਪਤਾ ਲੱਗੇ ਇੱਕ ਵਾਰੀ ਵੀ ਕਿੱਡੀਆਂ ਹੁੰਦੀਆਂ ਵਾ। ਨਿਸ਼ਾਨੀਆਂ ਹੁੰਦੀਆਂ ਦੁੱਧ ਹਰਪ੍ਰੀਤ ਵੀਰੇ, ਆਪਾਂ ਕਹਿ ਕੇ ਦਿੱਤੀ ਹੈ, ਸੇਲ ਹੋ ਗਈ ਹੈ। ਅੱਛਾ, ਵਿਕੀ ਹੋਈ ਹੈ। ਹਾਂਜੀ, ਜੋੜੀ ਵਿਕੀ ਆਪਣੀ 3,80,000 ਦੀ। ਅੱਛਾ, ਤੇ ਕਹਿ ਕੇ ਦਿੱਤੀ ਹੈ ਕਿ ਗਾਂ ਨੂੰ ਸੂਈ ਨੂੰ ਲਗਭਗ 55 ਦਿਨ ਹੋ ਗਏ ਪ੍ਰੈਜ਼ੈਂਟ, ਤੇ 29/12 ਦੀ ਫੇਰ ਦੁਬਾਰਾ AI ਤੇ 66 ਸੀਮਨ ਭਰਿਆ। ਅੱਛਾ, AI ਦੁਬਾਰਾ ਹੋ ਵੀ ਗਈ ਹੈ। ਹਾਂਜੀ, ਕਿੰਨਾ ਦੁੱਧ ਤਿਆਰ ਹੈ ਇਹਦੇ ਕੋਲ? ਭਾਵੇਂ ਗੱਬਨ ਨਿਕਲੇ ਤੇ ਖਾਲੀ ਨਿਕਲੇ, ਉਹਨਾਂ ਦੀ ਕਿਸਮਤ ਇਹ ਵੀ ਕਹਿ ਕੇ ਦਿੱਤੀ ਹੈ। ਠੀਕ ਹੈ, 2 ਟਾਈਮ ਆਪਾਂ ਮਿਲਕਿੰਗ ਕਰਾ ਕੇ 42 ਕਿਲੋ ਦੁੱਧ ਕਰਾ ਕੇ ਕੰਡੇ ਤੇ ਤੋਲ ਕੇ ਤੇ ਫੇਰ ਵੇਚ। ਅੱਛਾ, 42 ਲੀਟਰ ਦੁੱਧ ਜਿਹੜਾ ਇਹਦਾ ਵੀ ਮਿਲਕਿੰਗ ਕਰਾਤਾ ਵਾ। ਹਾਂਜੀ, ਸਟ੍ਰਾਈਕਰ ਦੀ ਆਪ ਸੀਗੀ। ਠੀਕ ਹੈ ਜੀ। ਹਾਂਜੀ, ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਬਾਈ, ਸਭ ਤੋਂ ਟੌਪ ਦੀ ਗਾਂ ਹੈ। ਠੀਕ ਹੈ, ਕਿ ਇਹਦੀ ਵਸ਼ੀ ਹੁਣ ਹੀ ਰੀਸੈਂਟਲੀ ਮੈਂ ਸੇਲ ਕੀਤੀ ਹੈ ਪਿਛਲੇ ਸੂਏ ਦੀ, 1,25,000 ਰੁਪਏ ਦੀ। ਠੀਕ ਆ, ਮਤਲਬ ਕਿ ਸਿਰਫ AI ਹੋਈ ਸੀ, ਉਹਨੂੰ ਵੀ 66 ਸੀਮਨ ਲੱਗਾ ਸੀਗਾ। ਠੀਕ ਆ, ਇਹ ਦੋਵੇਂ ਭੈਣਾਂ ਹੈਗੀਆਂ। ਅੱਛਾ, ਸਗੀਆਂ ਭੈਣਾਂ ਹੈਗੀਆਂ ਜੀ। ਠੀਕ, ਮਤਲਬ ਕਿ ਪਹਿਲੇ ਸੂਏ ਦੀ ਆਹ ਵਾਲੀ ਮਾਂ ਦੀ, ਅੱਛਾ, ਦੂਜੇ ਸੂਏ ਦੀ ਇਹ ਵਾਲੀ ਹੈਗੀ। ਠੀਕ ਆ ਜੀ, ਤੇ ਮਤਲਬ ਕਿ ਐਟ ਪ੍ਰੈਜੈਂਟ ਤੁਸੀਂ ਤੀਜਾ ਮੰਨ ਲਓ, ਕੋਈ ਚੱਕਰ ਨਹੀਂ ਹੈਗਾ, ਤੀਜਾ ਸੂਆ ਗਾਂ ਹੈਗੀ ਹੈ। ਠੀਕ ਹੈ, 48 ਕਿਲੋ ਕੰਡੇ ਦੇ ਉੱਤੇ ਤਿਆਰ ਹੈ। ਤਿਆਰ 48 ਲੀਟਰ ਵੀ ਗਰੰਟੀ ਦਿੰਦਾ, ਜੇ ਕਿਸੇ ਵੀਰ ਭਰਾ ਕੋਲ, ਮੈਂ ਥੋੜੀ ਤੋਰ ਕੇ ਵਿਖਾਵਾਂਗਾ। ਠੀਕ ਹੈ, ਤੋਰ ਕੇ ਵਿਖਾਈ ਮਾੜੀ ਜੀ, ਜਿਹੜਾ ਵੀਰ ਭਰਾ ਕੋਲ ਖੁੱਲੀ ਥਾਂ ਹੋਏਗੀ। ਹਾਂਜੀ, ਕੇ ਵਿਖਾਈ ਤੇ ਉਹਦੇ ਘਰ ਜਾ ਕੇ ਇਹਨੇ ਦੁੱਧੋ ਵੱਧ ਜਾਣਾ। ਅੱਛਾ, ਮੇਰੀ ਕੱਲ ਦੀ ਗੱਲ ਇਹ ਸੀਗੀ, ਮਤਲਬ ਕਿ ਜਿੰਨਾ ਕੋ ਗਾਂ ਆਈ ਹੈ ਉਹਨਾਂ ਨੇ ਆਪ ਸਪੈਸ਼ਲ ਕਿਹਾ, ਕਹਿੰਦੇ ਕਿ ਜਦੋਂ ਸਾਡੇ ਕੋਲ ਖੁੱਲੀ ਥਾਂ ਹੁੰਦੀ ਸੀ, ਹਾਂਜੀ, ਤੇ ਉਦੋਂ ਇਹ ਗਾਂ ਨੇ ਮਤਲਬ ਕਿ 60 ਕਿਲੋਲੀਟਰ ਦੁੱਧ ਦਿੱਤਾ। 60 ਲੀਟਰ ਤੱਕ ਜਿਹੜਾ ਇਹ ਗਈ ਹੈ ਹਜੇ ਇਹਦਾ। ਜਦੋਂ ਮੈਂ ਉਹਨਾਂ ਦੇ ਘਰੋਂ ਲੈ ਕੇ ਆਇਆ, ਹਾਂਜੀ, ਉਦੋਂ ਇਹ 44 ਕਿਲੋ ਦੁੱਧ ਤੇ ਚੱਲਦੀ ਪਈ ਸੀਗੀ। ਸਵੇਰੇ ਸ਼ਾਮ ਦਾ ਪੂਰਾ ਰਿਕਾਰਡ ਇਹਨਾਂ ਦਾ ਲਿਖਿਆ ਹੈ, ਪੂਰਾ ਰਿਕਾਰਡ ਜਿਹੜਾ ਆ ਦੇਖ ਸਕਦੇ। ਬਿਲਕੁਲ, ਅਜੇ ਹਫਤਾ ਆਇਆ, ਮੈਂ ਪੈਰ ਬਣਵਾਏ ਇਹ ਗਾਂ ਦੇ, ਆ ਦੇਖ ਸਕਦੇ ਜੀ, 48 ਲੀਟਰ ਮੌਕੇ ਤੇ ਤਿਆਰ ਆ। ਮੌਕੇ ਤੇ ਜਿਹੜਾ ਜਿਸ ਤਰ੍ਹਾਂ ਮਰਜ਼ੀ ਕੋਈ ਵੀਰ 2 ਟਾਈਮ 4 ਟਾਈਮ ਚਵਾਈ ਕਰਕੇ ਲੈ ਜਾ ਸਕਦਾ, ਤੇ ਵਿਕਣ ਵਾਲੀ ਆ, ਫੋਰ ਸੇਲ ਆ ਜਿਹੜੀ, ਇਹ ਵਿਕੀ ਵੀ ਨਹੀਂ ਆ। ਆ ਦੇਖ ਸਕਦੇ ਥਣਾਂ ਦਾ, ਜਿਸ ਤਰ੍ਹਾਂ ਆਮ ਗਾਵਾਂ ਦੀਆਂ ਮਿਲਕ ਵੇਣ ਹੁੰਦੀਆਂ ਉਹੋ ਜਿਹੀਆਂ, ਤੇ ਇਹਦੀਆਂ ਹਵਾਨੇ ਦੇ ਉੱਤੇ ਹੀ ਆ, ਤੇ ਪੈਪਾਂ ਹੀ ਲੱਗੀਆਂ ਵਾ, ਭਾਵੇਂ ਹੱਥ ਨਾਲ ਚਵਾਈ ਗੱਲ ਤੇ ਭਾਵੇਂ ਮਸ਼ੀਨ ਨਾਲ। ਇਹ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ ਵਾ ਜਿਹੜੀਆਂ ਚੰਗੇ ਦੁੱਧ ਵਾਲੀ ਗਾਂ ਦੀਆਂ, 48 ਲੀਟਰ ਮੌਕੇ ਤੇ ਤਿਆਰ ਆ। ਮੌਕੇ ਤੇ ਹਰਪ੍ਰੀਤ ਵੀਰੇ, ਮੈਂ ਇੱਕ ਹੋਰ ਗੱਲ ਕਵਾਂਗਾ। ਹਾਂਜੀ, ਕੀ ਆਇਆ ਕਿ ਅਸੀਂ ਪਹਿਲੇ ਉਹ ਆਪਣੀ ਫੀਡ ਬਣਾ ਕੇ ਪਾਉਂਦੇ ਸੀ, ਫਿਰ ਅਸੀਂ ਆਪਣੀ ਬਣਾ ਸ਼ੁਰੂ ਕੀਤੀ। ਹਾਂਜੀ, ਅਸੀਂ ਐਟ ਪ੍ਰੈਜੈਂਟ ਡੀ ਯੂਸ ਪਾਉਣ ਡੇ ਜਿਹੜੀ ਗੋਲਡ। ਠੀਕ ਹੈ, ਫਿਰ ਕੱਲ ਹੀ ਜਿਹੜੀ ਹੈਗੀ ਆ ਆਪਾਂ ਫਿਰ ਜਿਹੜੀ ਇਹਦੀ ਫੀਡ ਹੈ ਚੇਂਜ ਕੀਤੀ। ਠੀਕ ਹੈ, ਕੀ ਆਇਆ ਕਿ ਡਾਕਟਰ ਦੀ ਟੀਮ ਆਈ ਸੀਗੀ, ਆਪਣੇ ਬੜੇ ਖਾਸ ਸੱਜਣ ਰਵੀ ਭਾਜੀ ਜਿਹਨਾਂ ਚੰਦੀ ਡੇਅਰੀ ਫਾਰਮ ਹੈਗਾ। ਠੀਕ ਹੈ, ਤੇ ਉਹਨਾਂ ਨੇ ਉੱਥੋਂ ਡਾਕਟਰ ਭੇਜੇ। ਠੀਕ ਹੈ, ਉਹਨਾਂ ਨੇ ਪੂਰਾ ਸਾਨੂੰ ਡਾਇਟ ਚਾਰਟ ਪਲਾਨ ਬਣਾ ਕੇ ਦਿੱਤਾ। ਠੀਕ ਹੈ ਜੀ, ਉਹਦੇ ਵਿੱਚ ਹੁਣ ਅਸੀਂ ਕੀ ਹੈ ਕਿ ਬਰੌਨ ਤੇ ਟੌਪ 2 ਫੀਡਾਂ ਅਸੀਂ ਮਤਲਬ ਕਿ ਮਿਕਸ ਕਰਕੇ ਪਾਉਂਦੇ, ਤੇ ਉਹਦੇ ਨਾਲ ਕੀ ਹੈਗਾ ਕਿ ਹੁਣ ਡਾਕਟਰ ਨੇ ਕਿਹਾ ਕਿ ਤੁਹਾਡੀ ਆ ਜਿਹੜੀ ਗਾਂ ਆਰਾਮ ਨਾਲ ਫਿਰ ਦੁਬਾਰਾ 55-60 ਲੀਟਰ ਤੇ ਆ ਜੇ। ਠੀਕ ਹੈ ਜੀ, ਤੇ ਇਹਨੂੰ ਸੂਈ ਨੂੰ ਅਜੇ 22-23 ਦਿਨ ਹੋਏ, ਇਸ ਤੋਂ ਵੱਧ ਦਿਨ ਨਹੀਂ, ਅਜੇ ਤੇ ਹੋਰ ਫਿਰ ਪੀਕ ਕਰੂਗੀ, ਕਰੇਗੀ, ਮਤਲਬ ਕਿ 22-23 ਦਿਨਾਂ ਦੇ ਵਿੱਚ 48 ਲੀਟਰ ਦੁੱਧ ਤਿਆਰ ਕਰਕੇ ਤਿਆਰ ਕੰਡੇ ਤੇ ਤਿਆਰ ਆ। ਲੈ ਜਾਓ ਵੀਰ ਜੀ, ਬੰਨ ਦਿਓ ਜੀ।
ਬਾਕੀ ਹੈਗੇ ਵੀ ਪੂਰੇ ਠੰਡੇ ਸੁਭਾਅ ਦੀ ਆ, ਜਿਸ ਤਰ੍ਹਾਂ ਮਰਜ਼ੀ ਖਿਲਾਰ ਦੋ ਇਹਨੂੰ। ਮਜਾਲ ਹੈ ਕੋਈ ਥਣ ਟਪਕਦਾ ਹੋਵੇ, ਥਣ ਵੀ ਨੀ ਟਪਕਦਾ ਤੇ ਸਾਰਿਆਂ ਦੇ ਗੋਡਿਆਂ ਤੋਂ ਉੱਪਰ ਹਵਾਨੇ ਆ। 5:24 ਦਾ ਟਾਈਮ ਹੋਇਆ ਪਿਆ, ਹਾਂਜੀ, ਤੇ ਤੁਹਾਡੇ ਕਰਕੇ ਆਪਾਂ ਲੇਟ ਚਵਾਈ ਕੀਤੀ ਸਵੇਰੇ। ਪਤਾ ਨੀ ਹੁੰਦਾ ਕਿ ਬੰਦਾ ਛੇਤੀ ਆਉਂਦਾ ਕਿ ਮੀਂਹ ਦਾ ਮੌਸਮ, ਹਾਂਜੀ ਹਾਂਜੀ, ਕਿਉਂਕਿ ਆਪਾਂ ਟਾਈਮ ਨੀ ਕਦੀ ਲਾਉਂਦੇ, ਏਡੀ ਵੱਡੀਆਂ ਗਾਈਆਂ ਨੂੰ ਕਦੀ ਟਾਈਮ ਲੱਗਦਾ ਹੀ ਨਹੀਂ, ਇਹਨਾਂ ਨੂੰ ਮਿਲਕ ਫੀਵਰ ਹੋ ਜਾਂਦਾ। ਹਾਂਜੀ ਹਾਂਜੀ, 3 ਦੀ ਜੇ ਚਵਾਈ ਕਰਾ ਦਾਂ, ਹਾਂਜੀ, ਐਟ ਪ੍ਰੈਜੈਂਟ ਕੋਈ ਵੀ ਆਏਗਾ ਤੇ ਮੈਂ 52-53 ਕਿਲੋ ਤੇ ਮੌਕੇ ਤੇ ਵਿਖਾ ਦਾਂਗਾ। ਠੀਕ ਹੈ ਜੀ, 2 ਟਾਈਮ ਦੀ ਮਿਲਕਿੰਗ ਤੇ 48 ਲੀਟਰ ਦੁੱਧ ਦੱਸਣ। ਤੇ ਇਹਦਾ ਕੀ ਮੁੱਲ ਜੇ ਬਾਈ? ਆ ਦੇਣ ਵਾਲੀ ਗੱਲ 2.5 ਲੱਖ ਰੁਪਏ ਦੀ ਦੇ ਦਾਂਗੇ, 2.5 ਲੱਖ। ਬਾਕੀ ਜੇ ਕਿਸੇ ਵੀਰ ਭਰਾ ਨੇ ਵੱਧ ਗਾਈਆਂ ਲੈਣੀ ਆਪਣੇ ਇਥੋਂ ਲੋਕਲ ਆਏਗਾ ਤੇ ਪੂਰਾ ਉਹਨਾਂ ਦਾ ਮਾਨ ਸਨਮਾਨ, ਪੰਜਾਬ ਵਾਲੇ ਬੰਦਿਆਂ ਦਾ ਪੂਰਾ ਮਾਨ ਸਤਿਕਾਰ ਹੋਏਗਾ ਜੀ। ਠੀਕ ਆ, ਤੇ ਆ ਅੰਗਰਾਜ ਦਾ ਸਿਮਨ ਲੱਗਾ ਸੀਗਾ, ਵਸ਼ਾ ਦਿੱਤਾ। ਅੱਛਾ ਵਸ਼ਾ, ਬਾਕੀ ਆ ਦੇ ਸਕਦੇ ਥੱਲੇ। ਬਾਕੀ ਥੋੜੀਆਂ ਜਿਹੀਆਂ ਰੱਸੀ ਦੀ ਆਦਤ ਨਹੀਂ ਹੁੰਦੀ ਕਰਕੇ ਇਹ ਵੱਖਰੇ ਫਾਰਮ ਦੀ, ਇਸ ਫਾਰਮ ਦੀ ਨਹੀਂ ਹੈਗੀ। ਠੀਕ ਹੈ, ਇਹ ਵੱਖਰੀ ਜਗ੍ਹਾ ਤੋਂ ਆਈ ਹੈ। ਬਾਕੀ ਚੀਜ਼ਾਂ ਜਿਹੜੀਆਂ ਕਮਾਲ, ਦਿਲ ਖੁਸ਼ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਵਾ ਜਿਹੜੀਆਂ, ਬਾ ਕਮਾਲ ਹੀ ਆ। ਬਾਕੀ ਹਵਾਨਾ ਆਪਾਂ ਦੇਖ ਸਕਦੇ, ਕਿਸੇ ਵੀ ਗਾਂ ਦਾ ਗੋਡਿਆਂ ਦਾ ਥੱਲੇ ਹਵਾਨਾ ਨਹੀਂ ਹੈਗਾ, ਕਿਸੇ ਦਾ ਲੰਕਣਾ ਨਹੀਂ। ਇਹ ਚੀਜ਼ ਪਹਿਲਾਂ ਵੇਖੀ ਦੀ ਹੈ, ਫਿਕਸ ਆਰਡਰ ਦੀ ਹੈਗੀ। ਇਹ ਕੋਈ 1 ਸਾਲ ਥੋੜੀ ਉਹਨਾਂ ਨੇ ਵਰਤਣੀ, ਹਾਂਜੀ, ਇਹ ਘੱਟ ਵਾਟ ਦਾ 10 ਸਾਲ ਚੱਲਣ ਵਾਲੀ ਚੀਜ਼ ਹੈ ਜਿਹੜੀ ਲੌਂਗ ਟਰਮ ਇਹਨਾਂ ਨੇ ਆਪਣੀ ਬਰੀਡਿੰਗ ਕੰਮ ਕਰਨਾ। ਇਹ ਜਿਹੜੀ ਮਤਲਬ ਅਪਡੇਟ ਵਰਜਨ ਚੱਲਣ ਦਿਆ, ਜਿਹੜੀ ਨਵੀਂ ਜਨਰੇਸ਼ਨ, ਜਿਹੜੀ ਲੇਟੈਸਟ ਜਨਰੇਸ਼ਨ ਹੈ, ਜਿਹੜੀਆਂ ਥੋੜੀ ਪੁਰਾਣੀ ਜਨਰੇਸ਼ਨ ਸੀ ਉਹਨਾਂ ਦੇ ਬਹਾਨੇ ਥੋੜੇ ਜ਼ਿਆਦਾ ਵੱਡੇ ਲਮਕਣੇ ਹੁੰਦੇ ਸੀ ਤੇ ਦੁੱਧ ਘੱਟ ਹੁੰਦਾ ਸੀ। ਇਹਦਾ ਫਿਕਸ ਆਰਡਰ ਦੀਆਂ ਵਾ ਜਿਹੜੀਆਂ ਸਾਰੀਆਂ ਹੀ, ਤੇ 28-30 ਲੀਟਰ ਦੁੱਧ ਤੇ ਹਜੇ ਚੱਲਣ ਦੀ, ਹਜੇ ਆ ਵੇਖ ਲਓ, ਹਜੇ ਮੇਲੇ ਤੇ ਆਏ, ਅਜੇ ਤੇ ਬੋਲਾ ਹੀ ਆ ਕੇ 1 ਸਾਲ ਦੇ ਤੇ 28-30 ਲੀਟਰ ਬੋਲਾ ਆਰਾਮ ਨਾਲ, ਇਹਨੇ ਵੀ 40-42 ਕਿਲੋ ਦੁੱਧ ਚਵਾ ਦੇਣਾ। ਠੀਕ ਆ, ਜਿਹੜੀ ਦੇਣ ਵਾਲੀ ਗੱਲ ਹੈ 2 ਲੱਖ ਰੁਪਏ ਦੇ ਦਾ, ਇਹ 2 ਲੱਖ ਦੀ ਦੇਣੀ ਹੈ। ਇਹਦੇ ਮਗਰ ਜਿਹੜਾ ਵੱਛਾ ਵਾ ਸੂਈ ਸਵਾਈ ਆ, ਪੂਰੀ ਮੋਟੀ ਮਿਲਕ ਵੇਣ ਆ ਜਿਹੜੀ ਇਹਦੇ ਵੀ, ਆਹ ਹੁੰਦੀਆਂ ਅਸਲੀਆਂ ਦੁੱਧ ਵਾਲੀਆਂ ਗਾਵਾਂ, ਜਿਹੜੇ 6 ਦੰਦ ਜੀ, ਮੂੰਹ 6 ਦੰਦ ਆ, ਤੇ ਇੱਕ ਆ ਇਹਦੇ ਤੇ ਇੰਡੀਆ ਦਾ ਨਕਸ਼ਾ ਹੀ ਬਣਿਆ ਜੇ ਹਵਾਨੇ ਦੇ, ਕੱਢ ਬਾਹਰ ਕਰਾਂ। ਆਹ ਦੇਖ ਸਕਦੇ, ਬਹੁਤ ਹੀ ਸੁਪਰ ਡੁਪਰ ਗਾਂ ਹੈ। ਔਰ ਇੱਕ ਵਾਰੀ ਚਿਹਰਾ ਵਿਖਾਈਏ, ਬੜਾ ਪਿਆਰਾ ਜਿਹਾ ਛੋਟਾ ਜਿਹਾ ਫੇਸ ਆ ਤੇ ਛੋਟੇ ਛੋਟੇ ਕੰਨ ਆ ਜਿਹੜੇ ਇਹਦੇ, ਬਹੁਤ ਤੇ ਆ ਦੇਖ ਸਕਦੇ, ਐਕਸੀਲੈਂਟ ਕੁਆਲਿਟੀ ਦੀ ਕੰਪੈਕਟ ਅੰਡਰ ਦੀ ਗਾਂ ਹੈ, ਬਹੁਤ ਰੇਅਰ ਮਿਲਦੀ ਹੈ। ਦੂਰੋਂ ਹੀ ਹਵਾਨੇ ਦੀਆਂ ਨਾੜਾਂ ਜਿਹੜੀਆਂ ਆਪਾਂ ਦੇਖ ਸਕਦੇ ਹਾਂ, ਦੁੱਧ ਵਾਲੀਆਂ ਨਿਸ਼ਾਨੀਆਂ ਵਾ ਜਿਹੜੀਆਂ ਪੂਰੀਆਂ ਜਿਹੜੀਆਂ ਵਾ, ਚੰਗੀ ਚੀਜ਼ ਦਾ ਮੁੱਲ ਵੀ ਜਿਹੜਾ ਚੰਗਾ ਹੀ ਪੈਣਾ ਵਾ, ਲੇਟੈਸਟ ਜਨਰੇਸ਼ਨ ਆ ਜਿਹੜੀ। ਲੈ ਜਾਓ ਵੀਰ ਜੀ, ਆਹ ਦੇਖ ਸਕਦੇ ਹਵਾਨ, 1 ਮਿੰਟ ਰੁਕ ਗਿਆ ਵੀਰ ਜੀ, ਆਹ ਦੇਖ ਸਕਦੇ। ਬਾਕੀ ਜਿੰਨੀਆਂ ਦੁੱਧ ਵਾਲੀਆਂ ਗਾਵਾਂ ਆਪਾਂ ਸਾਰੀਆਂ ਤੇ ਵੇਖਾਂਗੇ, ਹਵਾਨਿਆਂ ਦੇ ਨਾੜਾਂ ਜਿਹੜੀਆਂ ਸਾਰੀਆਂ ਤੇ ਹੀ ਹੈਗੀਆਂ ਵਾ, ਤੇ ਮਿਲਕ ਵੇਨ ਵੀ ਕਾਫੀ ਮੋਟੀ ਆ ਜਿਹੜੀ ਇਹਦੀ, ਈਟੀ ਦੇ ਗਰਵਾਸ ਦੇ ਸਿਮਨ ਦੀ ਹੈ, ਈਟੀਟੀ ਦੇ ਗਰਵਾਸ ਦੇ ਸਿਮਨ ਦੀ ਹੈਗੀ ਹੈ। ਠੀਕ ਹੈ ਜੀ, ਥੱਲੇ ਵੀ ਮੇਲ ਕਾਫ ਸੀਗਾ ਤੇ ਪਰ ਆਪਾਂ ਲੈ ਕੇ ਨਹੀਂ ਆਏ, ਇੱਥੇ ਮੇਲ ਕਾਫ ਦਾ
ਤੁਹਾਨੂੰ ਪਤਾ ਕਿ ਜੇ ਕੋਈ ਖਰੀਦਦਾ ਵੀ ਤਾਂ ਇੱਥੇ ਸਾਡੇ ਛੱਡ ਮੇਲ ਕਾਫ ਤੇ ਕੋਈ ਵਿਚਾਰਾ ਪੁੱਛਦਾ ਹੀ ਨਹੀਂ ਹੁੰਦਾ। 22 ਦਿਨ ਹੋਏ ਸੂਈ ਨੂੰ, ਠੀਕ ਹੈ, 38 ਤੋਂ 40 ਲੀਟਰ ਹਾਜ਼ਰ ਨਾ ਜਾਂ ਦੁੱਧ ਤਿਆਰ ਆ ਇਸ ਟਾਈਮ। ਇਹ ਕਿੰਨਾ ਪੀਕ ਕਰ ਸਕਦੀ ਹੈ? ਹਾਂਜੀ, ਇਹ ਕਿੰਨਾ ਬ੍ਰਦਰ? ਇਹ ਪੀਕ ਤੇ ਹੀ ਚੱਲਣ ਦੀ ਹੈ। ਅੱਛਾ, ਪੀਕ ਤੇ ਹੀ ਹੈ, ਪੀਕ ਤੇ ਹੀ ਚੱਲਣ ਦੀ ਹੈ। ਆਪਾਂ ਐ ਨਹੀਂ ਕਵਾਂਗੇ ਕਿ ਵੱਧ ਦਊਗੀ, ਜਿਹੜੀ ਦੇ ਸਕਦੀ ਆਪਾਂ ਉਹਦੀ ਗੱਲ ਕਰਾਂਗੇ। ਅੱਛਾ, ਜਿਹੜੀਆਂ ਹੁਣ ਜਿਵੇਂ 48 ਲੀਟਰ ਵਾਲੀ ਉਹ ਹਲੀ 55 ਲੀਟਰ ਤੇ ਜਾ ਸਕਦੀ। ਠੀਕ ਹੈ, ਇਹ 40 ਦੇ ਲਾਗੇ ਚੱਲਣ ਦੀ ਹੁਣ? ਹਾਂਜੀ, ਪਰ ਦੇਖੋ ਵੀਰ, ਐਵੇਂ ਕਹਿਣ ਦੀਆਂ ਗੱਲਾਂ ਹੁੰਦੀਆਂ 35 ਲੀਟਰ 40 ਲੀਟਰ, ਪਰ ਜਦੋਂ ਤੋਲ ਕੇ ਦੇਈਏ ਨਾ ਫੇਰ ਪਤਾ ਫੇਰ ਤੇ ਫੇਰ ਲੱਗਦਾ ਪਤਾ। ਤੇ ਇਹ ਵੀ ਫੋਰ ਸੇਲ ਹੀ ਆ ਹਲੇ? ਹਾਂਜੀ ਹਾਂਜੀ, ਇਹ ਵੀ ਫੋਰ ਸੇਲ ਆ। ਸੂਆ ਕਿੰਨਾ ਹੈਗਾ ਇਹਦਾ? ਇਹ ਵੀਰ ਦੂਜਾ ਸੂਆ, ਦੰਦਾਂ ਛਿੱਗੀ ਹੈਗੀ ਹੈ। ਤੇ ਇਹਦਾ ਮੁੱਲ ਕੀ ਹੈਗਾ ਜੀ? ਇਹ ਵੀਰ 1.75 ਦੀ ਦੇ ਦਾਂਗੇ। ਅੱਛਾ, 1.75 ਦੀ? 1.75 ਦੀ ਦਵਾਂਗੇ, ਠੀਕ ਹੈ। ਜੈਨੂਅਨ ਰੇਟ ਅੱਜ ਦੀ ਤਰੀਕ ਦੇ ਵਿੱਚ, ਕਿਉਂਕਿ 45-46 ਰੁਪਏ ਦੁੱਧ ਦਾ ਰੇਟ ਆ। ਠੀਕ ਹੈ, ਅੱਜ ਕੋਈ ਵੀ ਫਾਰਮਰ ਵੇਚਦਾ ਹੈਗਾ ਤੇ ਕੋਈ 2-2.5 ਲੱਖ ਤੋਂ ਥੱਲੇ ਤੇ, ਹੁਣ ਜੇ ਫਾਰਮ ਦੇ ਵਿੱਚ ਤੁਸੀਂ ਚੰਗੇ ਫਾਰਮ ਦੇ ਵਿੱਚ ਜਾਣਾ, ਉਹਨਾਂ ਦਾ ਰੇਟ ਹੀ 2 ਲੱਖ ਤੋਂ ਸਟਾਰਟ ਹੁੰਦਾ। ਉੱਥੇ ਤੇ ਹਰ ਕਿਸੇ ਦੀ ਐਂਟਰੀ ਵੀ ਨਹੀਂ ਹੁੰਦੀ ਨਾਲੇ ਤੇ, ਤਾਂ ਕਰਕੇ ਬ੍ਰਦਰ ਰੇਟ ਹੈਗਾ, ਕਿਉਂਕਿ ਇੱਕੋ ਫਾਰਮ ਤੋਂ ਇਕੱਠੀਆਂ ਚੱਕੀਆਂ ਸੀ ਤੇ, ਤਾਂ ਕਰਕੇ ਆ ਰੇਟ ਆ। ਨਹੀਂ ਤੇ ਜੇ ਮੈਂ ਵੀ ਲੈਣ ਜਾਵਾਂ ਨਾ, ਉਹ ਜਿਹੜੀ ਤੁਹਾਨੂੰ 50053 ਦੀ ਦੱਸੀ ਹੈ, ਹਾਂਜੀ, ਤੇ ਉਹ ਤੁਸੀਂ ਹਿਸਾਬ ਲਾ ਲਓ 1.85 ਦੀ ਆਪਣੀ ਲਈ ਜਗਰਾਉਂ ਤੋਂ ਉਧਰੋਂ ਮੈਂ ਗੱਡੀ ਕਰਕੇ ਤੇ ਲੈ ਕੇ ਆਇਆ, ਤੇ ਸਮਝ ਲਓ ਗੱਬਲ ਲੈ ਕੇ ਆਇਆ ਸੀਗਾ। ਆਹੋ, ਤੇ ਲੱਗਦਾ ਨਹੀਂ ਕਿ ਮਤਲਬ 5-10 ਹਜ਼ਾਰ ਰੁਪਇਆ ਵੀ ਅੱਜ ਆਪਾਂ 2-2 ਲੱਖ ਦੀ ਵੇਚਦੇ ਆ। ਦੇਖੋ, ਜਿੱਥੇ ਕਾਰੋਬਾਰ ਹੁੰਦਾ ਤੇ ਰਿਸਕ ਵੀ ਹੁੰਦਾ, ਰਿਸਕ ਤੇ ਹੁੰਦਾ ਹੀ ਆ। ਤੇ ਜੇ 5-10 ਹਜ਼ਾਰ ਰੁਪਇਆ ਆਪਾਂ ਕਮਾਉਂਦੇ ਆ, ਤੇ ਇਟ ਮੀਨਸ ਕਿ 3-3 ਬੰਦੇ ਰੱਖੇ ਆ, ਹਾਂਜੀ, ਪੱਠਾ ਮੁੱਲਦਾ ਹਰ ਇੱਕ ਚੀਜ਼, ਤੇ ਆਪਾਂ ਨਹੀਂ ਸੋਚਦੇ ਕਿ ਕੋਈ ਪੈਸੇ ਜ਼ਿਆਦਾ। ਬਾਕੀ ਰਿਸਕ ਵੀ ਹੈਗਾ ਵਾ, ਬਿਲਕੁਲ ਜੀ। ਤੇ ਲੈ ਜਾਈਏ ਫਿਰ, ਹੁਣ ਇਹਨੂੰ ਆਪਾਂ ਬੰਦ ਆ, ਵੇਖੋ ਪਿਛਲੇ ਪਾਸੇ ਹੀ ਬੇਸ ਚੈੱਕ ਹਾਂ ਦੇਖ ਸਕਦੇ ਜੀ। ਲੈ ਜਾਓ ਜੀ, ਪੂਰੀ ਕੁਆਲਿਟੀ ਵਾਲੇ, ਪੂਰੀ ਕੁਆਲਿਟੀ ਆ, ਪੂਰੀ ਫੁੱਲ ਕੁਆਲਿਟੀ ਆ। ਜਿਹੜੀ ਹਾਈਟ ਲੈਂਥ ਜਿਹੜੀ ਸਾਰੀਆਂ ਦੀ ਬੜੀ ਕਮਾਲ ਆ। ਬਾਕੀ ਕੋਈ ਵੀਰ ਇੱਥੇ ਆਵੇ, ਦਿਲ ਖੁਸ਼ ਹੋ ਜਾਂਦਾ ਇਹੋ ਜਿਹੀਆਂ ਵੈਰਾਂ ਦੇਖ ਕੇ। ਰੋਜ਼ ਰੋਜ਼ ਨੇ ਗੱਲ ਹੋਰ ਹੁੰਦੀ ਹੈ ਸਾਹਮਣੇ ਜਦੋਂ, ਬਾਕੀ ਆਪਾਂ ਆਮ ਹੀ ਦੇਖੀਦਾ 40 ਕਰ ਜੂ, 45 ਕਰ ਜੂ, ਕਿ ਚਵਾ ਕੇ ਕੋਈ ਨਹੀਂ ਦਿੰਦਾ। ਬਿਲਕੁਲ ਜੀ, ਆਪਾਂ ਤੇ ਮੌਕੇ ਤੇ ਮੌਕੇ ਤੇ 2-4 ਟਾਈਮ ਕੰਡੇ ਦੇ ਉੱਤੇ ਕੰਡੇ ਦੇ ਤੋਲ ਕੇ ਖੜੋ। ਤੇ ਹੁਣ ਜਿਹੜੀ ਇਹ ਕਾਫਲੀ ਜੇ, ਇਹ ਸੇਲ ਹੋ ਗਈ ਆ? ਅੱਛਾ, ਸੇਲ ਹੋ ਗਈ ਆ। ਇਹ ਲੂਡੈਕਸ ਦੇ ਸੀਮਨ ਦੀ ਸੀਗੀ, ਪੀਡੀਐਫ ਇਹਦੇ, ਠੀਕ ਆ, ਤੇ ਨਾਲ ਹੀ ਆਪਣਾ ਜਿਹੜੀ ਹੈਗੀ ਆ ਸਟ੍ਰਾਈਕਰ ਦੀ, ਉਹਦੇ ਨਾਲ ਹੀ ਸੇਲ ਹੋਈ ਆ। ਠੀਕ ਆ, ਦੱਸਿਆ 3,80,000 ਦਾ ਆਪਣਾ ਸੌਦਾ ਆ। ਠੀਕ ਆ, ਇਹ ਦੰਦਾਂ ਦੇ ਵਿੱਚ ਚੋਕ ਦੇ ਕਰਦੀ ਪਈ ਆ ਜੇ। ਅੱਛਾ, ਤੇ ਇਹਦੇ ਥੱਲੇ 35-36 ਲੀਟਰ ਦੁੱਧ ਤਿਆਰ ਆ। ਪਹਿਲਾ ਸੂਆ? ਪਹਿਲਾ ਸੂਆ ਜੀ। ਠੀਕ ਆ, ਇਹਨੂੰ ਆਪਾਂ ਫਿਰ ਰਹਿ ਨਹੀਂ ਦੇਈਏ, ਇਸ ਤਰ੍ਹਾਂ ਹੀ ਦਿਖਾ ਦਿੰਦੇ। ਹੀਟ ਤੇ ਆਈ? ਅੱਛਾ, ਹੀਟ ਤੇ ਐਵੇਂ ਭੱਜੂਗੀ ਫਿਰ ਰਹਿਣ ਦੀ ਹੈ। ਇਹ ਹੀਟ 'ਚ ਆਈ ਆ, ਹੀਟ ਤੇ ਆਈ ਆ, ਤਾਂ ਵੀ 35 ਲੀਟਰ ਦੁੱਧ ਇਹਦੇ ਕੋਲ ਤਿਆਰ ਆ। ਜਿਹੜੀ ਗਾਂ ਦੀ ਕੁਆਲਿਟੀ ਹੁੰਦੀ ਨਾ, ਉਹਦੀ ਸੇਵਾ ਦੀ, ਦੁੱਧ ਦੀ, ਹਾਂਜੀ, ਜਿਹੜੀ ਚੰਗੀ ਗਾਂ ਹੋਏਗੀ ਉਹਦਾ ਦੁੱਧ ਚੰਗਾ ਹੋਏਗਾ, 21 ਦਿਨਾਂ ਦੇ ਵਿੱਚ ਹੀਟ ਤੇ ਆ ਜਾਂਦੀ ਹੈ। ਠੀਕ ਆ, ਤੇ 22-23 ਦਿਨਾਂ ਦੇ ਬਾਅਦ ਸੂਣ ਤੋਂ ਬਾਅਦ ਹੀਟ ਤੇ ਆ। ਅੱਛਾ, 22-23 ਅਜੇ 22-23 ਦਿਨ ਹੋਏ ਇਹਨੂੰ ਸੂਈ ਨੂੰ ਬਸ। ਤੇ ਉਹਨਾਂ ਨੇ ਤੇ ਮੈਨੂੰ ਕਿਹਾ ਸੀਗਾ ਕਿ ਜੇ ਤੇਰੇ ਕੋਲ ਆ ਗਈ ਸਿਮਨ ਚੰਗਾ ਪਿਆ ਤੇ ਭਾਵੇਂ AI ਕਰਦੇ, ਟੀਕਾ ਭਰਦੇ, ਪਰ ਆਪਣੇ ਕੋਲ ਟੀਕੇ ਨਹੀਂ ਹੈਗੇ ਸੀਗੇ। ਅੱਛਾ, ਤੇ ਨਹੀਂ ਤੇ ਆਪਾਂ ਮਤਲਬ ਕਿ ਜੇ ਹੁੰਦੇ ਤੇ ਆਪਾਂ ਭਾਰੀ ਦੇਣਾ ਸੀਗਾ। ਠੀਕ ਹੈ, ਤੇ ਭਰਾਣ ਵਾਲੇ ਹੁੰਦੇ ਤੇ ਉਹ 21 ਦਿਨਾਂ ਦੇ ਵਿੱਚ ਵੀ ਕਈ ਭਰ ਦਿੰਦੇ ਹੈਗੇ। ਤੇ ਬਾਕੀ ਫਿਰ 21 ਦਿਨਾਂ ਬਾਅਦ ਇਹਨੇ ਫਿਰ ਹਿੱਟ ਚ ਆ ਹੀ ਜਾਣਾ। ਬ੍ਰਦਰ ਜਿਨ੍ਹਾਂ ਦੇ ਫਾਰਮ ਤੇ ਗਈ ਹੈ, ਮਤਲਬ ਕਿ ਉਹ ਕੋਈ ਨੋਰਮਲ ਬੰਦਾ ਨਹੀਂ ਹੈ, ਵਧੀਆ ਬਰੀਡਰ ਬੰਦਾ। ਠੀਕ ਹੈ, ਤੇ ਮਤਲਬ ਕਿ ਦੁੱਧ ਥੋੜਾ ਉਹਨਾਂ ਦਾ ਘਟਿਆ ਹੈਗਾ, ਉਸ ਕਰਕੇ ਉਹਨਾਂ ਨੇ ਮਤਲਬ ਕਿ ਗਾਈਆਂ ਲਿੱਤੀਆਂ, ਨਹੀਂ ਤੇ ਅਦਰਵਾਈਜ਼ ਜਿਹਨੂੰ ਪਹਿਚਾਣ ਹੈ ਉਹੀ ਉਹ ਪੈਸਾ ਲਾਉਂਦਾ। ਠੀਕ ਹੈ, ਹਾਂਜੀ, ਹਰ ਕਿਸੇ ਦੇ ਵੱਸ ਦਾ ਕੰਮ ਨਹੀਂ ਹੈ। ਤੇ ਜਿਹੜੀਆਂ ਆਹ ਵਾਲੀਆਂ ਹੈਗੀਆਂ ਜੀ, ਇਹ ਵੀਰ ਮੇਰੇ ਵਰਗਾ ਕੋਈ ਮਾਤੜ ਬੰਦਾ ਆਏਗਾ ਤੇ ਉਹਨੂੰ ਭਾਅ ਪੱਤੇ ਦੀ ਦੇ ਦਾਂਗੇ। ਤੁਹਾਡੇ ਵਰਗਾ ਮਾਤੜ ਬੰਦਾ ਕੋਈ ਲਈ ਤੇ ਉਦਾਂ ਆਪਾਂ ਫਾਰਮ ਦੀ ਹੈ। ਠੀਕ ਹੈ, ਇਕੱਠੀਆਂ ਗਾਈਆਂ ਲਿੱਤੀਆਂ ਸੀਗੀਆਂ, ਉਹ APS ਦੇ ਬਰੂਡ ਦੇ ਸੀਮਨ ਦੀ ਹੈ। ਠੀਕ ਹੈ, ਜਿੰਨੇ ਦੁੱਧ ਤੇ ਚੱਲਣਾ ਤੇ ਚਾਹੀਦਾ ਸੀਗਾ ਉਨੀ ਚੱਲੀ ਨਹੀਂ, ਤੇ ਤਾਂ ਕਰਕੇ ਆਪਾਂ
ਮਤਲਬ ਕਿ ਜਿਹੜੇ ਆਪਾਂ ਖਰੀਦ ਕੀਤੀ ਉਹ ਤੋਂ ਵੀ ਖਰੀਦ ਤੋਂ ਘੱਟ ਦੇ ਦਾਂਗੇ। ਹੁਣ ਤਾਂ ਹੀ ਤੁਹਾਨੂੰ ਦੱਸਿਆ ਨਾ ਜੇ 5-10 ਹਜ਼ਾਰ ਰੁਪਏ ਆਪਾਂ ਪ੍ਰੋਫਿਟ ਲੈਂਦੇ ਹਾਂ ਤੇ ਕਦੀ ਕਦਾਰ ਹਰ ਇੱਕ ਚੀਜ਼ ਮਤਲਬ ਕਿ ਸੋਨਾ ਨਹੀਂ ਨਿਕਲਦੀ ਤੇ ਆਪਾਂ ਨੂੰ ਥੋੜਾ ਬਹੁਤ ਲੋਸ ਦੇ ਨਾਲ ਵੀ ਦੇਣੀਆਂ ਪੈਂਦੀਆਂ। ਇਹ ਆ ਕਿ ਜਦੋਂ ਫਿਰ ਲੋਡ 'ਚ ਚੁੱਕਣੀਆਂ ਪੈਂਦੀਆਂ ਵਾ ਉਦੋਂ ਫਿਰ ਵਿੱਚੋਂ। ਬਿਲਕੁਲ ਜੀ, ਆ ਉਸੇ ਫਾਰਮ ਤੋਂ ਆਈ ਹੈ। ਠੀਕ ਹੈ, ਇਹ ਬਰੂਡ ਦੇ ਸੀਮਨ। ਇਹ ਦੇਖੋ ਕਿੰਨਾ ਦੁੱਧ ਹੈਗਾ ਜੀ। ਮੇਰੇ ਇੱਥੇ ਆ ਕੇ ਕੀ ਹੋਇਆ ਕਿ ਵਾਹ ਲੱਗੀ ਸੀਗੀ ਇਹਨੂੰ। ਅੱਛਾ, ਵਾਹ ਲੱਗ ਗਈ ਉਹਦੇ ਕਰਕੇ। ਉਦੋਂ ਤੇ ਜਦੋਂ ਮੈਂ ਲੈ ਗਿਆ 25 ਲੀਟਰ ਦੁੱਧ ਤੇ ਸੀਗੀ। ਅੱਛਾ, ਪਹਿਲਾਂ 25 ਤੇ ਸੀ। ਇਹਨੂੰ ਸੂਈ ਨੂੰ ਲਗਭਗ ਇਹਨੂੰ 22-23 ਦਿਨ ਹੋਏ ਤੋੜ ਕੇ ਖਾਦੇ ਮਾੜੀ ਜੀ। ਅੱਛਾ, ਮੇਲ ਕਾਫ ਹੈਗਾ ਇਹਦੇ ਨਾਲ। ਅੱਛਾ, ਬੱਚਾ ਹੈਗਾ ਇਹਦਾ। ਹਾਂਜੀ, ਤੇ ਇਸ ਟਾਈਮ 18 ਲੀਟਰ ਦੁੱਧ ਤੇ ਚੱਲਦੀ ਪਈ ਹੈ, ਪਰ ਜਿੱਦਾਂ ਜਿੱਦਾਂ ਕਵਰਿੰਗ ਕਰੀ ਜਾਣ ਦੀ ਤੇ ਹੁਣ ਸੈੱਟ ਹੋ ਜੂਗੀ। ਠੀਕ ਹੈ, ਫਿਰ ਆਪਣੇ ਮਤਲਬ ਕਿ 25 ਲੀਟਰ ਦੁੱਧ ਤੇ ਆ ਜੂਗੀ, ਬਰੀਡ ਪੂਰੀ ਹੈ। 25 ਲੀਟਰ ਵਾਲੀਆਂ ਜਿਹੜੀਆਂ ਬੀਜੀਆਂ ਨੇ ਕਹਿੰਦੇ ਕਿ ਬੱਸ ਜਾਂਦੀ ਆ। ਆ ਜਾਓ, ਲੈ ਆਓ ਜੀ। ਤੇ ਜਿਹੜੀ ਉਹ ਵਾਲੀ ਹੈਗੀ ਆ ਉਹਦੇ ਕੋਲ ਕਿੰਨਾ ਜੀ ਦੁੱਧ? ਬਾਈ ਆਹ 85 ਹਜ਼ਾਰ ਦੀ ਆਪਾਂ ਇੱਕ ਪ੍ਰੈਜ਼ੈਂਟ ਦੇ ਦਾਂਗੇ। ਆਹ ਵਾਲੀ 85 ਹਜ਼ਾਰ ਦੀ ਕਹਿੰਦੇ ਕਿ ਦਵਾਂਗੇ। ਹਾਂਜੀ, ਠੀਕ ਹੈ, ਪ੍ਰੈਜ਼ੈਂਟ 85 ਹਜ਼ਾਰ ਦੀ ਦੇ ਦਾਂਗੇ। ਠੀਕ ਹੈ, ਦੇ ਹਿਸਾਬ ਨਾਲ ਇਹ ਵੀ 85 ਹਜ਼ਾਰ ਦੀ ਆਪਾਂ। ਇਹਦੇ ਕੋਲ ਦੁੱਧ ਕਿੰਨਾ ਜੀ? ਪਹਿਲਾਂ ਨੇ ਇਹ ਵੀ ਸਟ੍ਰਾਈਕਰ ਦੇ ਸੀਮਨ ਦੀ ਹੈਗੀ ਹੈ। ਅੱਛਾ, ਇਹਦੇ ਥੱਲੇ ਕਿੰਨਾ ਦੁੱਧ ਹੈਗਾ ਇਸ ਟਾਈਮ? 18 ਕਿਲੋ ਐਟ ਪ੍ਰੈਜ਼ੈਂਟ ਇਹਦੇ ਥੱਲੇ ਵੀ। ਠੀਕ ਹੈ ਜੀ। ਹਾਂਜੀ, ਤੇ ਠੀਕ ਹੈ ਜੀ, ਕਰੀਏ ਕਦਮ ਫਿਰ ਆਪਾਂ। ਹਾਂਜੀ, ਆਹ 2 ਗਾਵਾਂ ਹੈਗੀਆਂ ਪ੍ਰੈਜ਼ੈਂਟ ਲੈਂਡੋ। ਅੱਛਾ, ਬੜੀ ਡਿਮਾਂਡ ਦੇ ਵਿੱਚ ਰਹਿੰਦੀ ਹੈ। ਠੀਕ ਹੈ ਜੀ। ਖੀਰੀ ਵੱਛੀ ਹੈਗੀ ਜੀ, ਇਹ ਵੱਛੀਆਂ ਗੱਬਣ ਹੈਗੀਆਂ ਜਿਹੜੀਆਂ? ਨਹੀਂ, ਉਹ ਗੱਬਣ ਨਹੀਂ ਹੈਗੀ। ਅੱਛਾ, ਉਹੀ ਹੁਣ ਤੁਹਾਨੂੰ ਘਾਟੇ ਦੀ ਗੱਲ ਦੱਸ ਦਈਏ ਕਿ ਆਹ ਮੈਂ 2.5 ਲੱਖ ਰੁਪਏ ਦੀ ਵੈਟ ਲਈ ਸੀ ਆਪ। ਅੱਛਾ, ਇਹ ਉਦੋਂ 7 ਮਹੀਨੇ ਦੀ ਗੱਬਣ ਸੀਗੀ। ਠੀਕ ਹੈ, ਜਿਹੜੀ ਸਭ ਤੋਂ ਪਹਿਲਾਂ ਘੁਮਾ ਕੇ ਵਿਖਾਈਗਾ, ਉਹਨੇ ਚੱਕ ਕੇ ਤੇ ਕੁਰਲੀ 'ਚ ਸੁੱਟੀ। ਅੱਛਾ, ਇਹਨੂੰ ਕੁਰਲੀ ਸੁੱਟਤਾ ਤੇ ਇਹਨੂੰ ਮਤਲਬ ਕਿ ਅਬੋਰਟ ਕਰ ਗਈ 7 ਮਹੀਨੇ ਦੇ ਵਿੱਚ। ਬੱਚਾ ਸੁੱਟਤਾ ਇਹਨੇ ਤੇ ਦੋਤੇ ਦਿੰਦੀ ਆਪਾਂ ਆਪ ਹੀ ਦੁੱਧ ਬੰਦ ਕਰਤਾ, ਜਿਹੜੀ ਕਿ ਇੰਟਰਨਲ ਜਿਹੜੀ ਕਮੀ ਪੇਸ਼ੀ ਹੈਗੀ ਪੂਰੀ ਹੋ ਜੂਗੀ। ਠੀਕ ਹੈ, ਪੂਰੀ ਸਫਾਈ ਕਰਾ ਕੇ ਤੇ ਦੁਬਾਰਾ ਆਪਾਂ AI ਕਰਤੀ ਹੈਗੀ ਇਹਦੀ। ਅੱਛਾ, ਐਟ ਪ੍ਰੈਜ਼ੈਂਟ ਦੇ ਵਿੱਚ ਕੋਈ ਲਊਗਾ ਤੇ 1.25 ਲੱਖ ਰੁਪਏ ਦੀ ਇੱਦਾਂ ਹੀ ਪੁੱਛੀ ਦੇ ਦਾਂਗੇ ਤੇ ਅੱਜ ਵੇਖ ਲਓ 6.5 ਫੁੱਟ ਜਿੱਦਾਂ ਸਟ੍ਰਾਈਕਰ ਦੀ ਉਹਨੇ ਕੱਦ ਦੀ ਓਡਾ ਹੀ ਹੈਗੀ ਪੂਰੀ ਹੈ। ਇਸ ਟਾਈਮ ਚੋਕ ਦੇ ਦੰਦ ਕੱਢਣ ਦੀ ਕੱਢੇ ਨਹੀਂ ਹੈ ਤੇ ਜਰਸੀ ਦਾ ਹੀ ਸੀਮਨ ਭਰਾਇਆ। ਠੀਕ ਹੈ, ਹਾਂਜੀ, ਤੇ ਆਹ ਜਿਹੜੀ ਹੈਗੀ ਜੀ ਇਹ ਵੀਰ ਇਹ ਵੀ ਆਪਾਂ 1.25 ਲੱਖ ਦੀ ਦੇਵਾਂਗੇ। ਠੀਕ ਹੈ, ਇਹਦੀ ਮਾਂ ਜਿਹੜੀ HF ਦੀ ਹੈਗੀ ਸੀਗੀ ਪੈਨੀ ਮੇਕਰ ਦੀ। ਠੀਕ ਹੈ, ਇਹਨੂੰ ਪੈਨੀ ਮੇਕਰ ਨੂੰ ਲੱਗਾ ਸੀ ਟਰੋਏ ਦਾ ਸੀਮਨ। ਠੀਕ ਹੈ, ਤੇ ਆਪ ਜਿਹੜਾ ਅੱਗੇ ਸੀਮਨ ਲੱਗਾ 40-128 ਦਾ ਸੀਮਨ ਲੱਗਾ 66। ਠੀਕ ਹੈ, ਤੇ ਬਸ ਹਫਤਾ ਲੈਂਦੀ ਹੈ ਸੂਨ 'ਚ ਆਰਾਮ ਨਾਲ 25-30 ਕਿਲੋ ਦੁੱਧ ਗਰੰਟੀ ਦੇ ਨਾਲ 25 ਦੇ ਉੱਤੇ ਉੱਤੇ ਦੁੱਧ ਕਰੂਗੀ। ਠੀਕ ਹੈ, ਤੇ ਇਹਦਾ ਮੁੱਲ ਇਹ ਤਾਂ ਦੇ ਦਾਂਗੇ 1-10 ਦੀ ਜੇ ਕਿਸੇ ਨੂੰ ਚਾਹੀਦੀ ਹੈ। 1-10 ਦੀ ਵੱਛੀ ਹੈ। ਠੀਕ ਹੈ ਜੀ, ਤੋਂ ਅੱਗੇ ਕੀ ਹੈ ਕਿ ਜਵਾਨੀ ਜੇ ਹੈਗੀ ਹੈ ਭਾਈ ਦੀਆਂ ਤਿਲਕਣ ਹੈਗੀ ਹੈ ਹਨਾ। ਬਾਕੀ ਤੋਰਾ ਹੈ, ਕੰਪਲੀਟ ਹੈ। ਬਾਕੀ ਆਹ ਸਾਰੇ ਪਸ਼ੂ ਸੂਈਆਂ ਸਵਾਈਆਂ ਆਪਣੇ ਇੱਥੇ ਆ ਕੇ ਤਸੱਲੀ ਕਰਕੇ ਵੇਸ ਚ ਆ ਕੇ ਖੜੋ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।